ਇਹ ਤੁਹਾਡੇ ਸਾਹਮਣੇ ਤਸਵੀਰਾਂ ਨੇ ਜਲੰਧਰ ਦੀਆਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਸਵੀਰਾਂ 'ਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਨੇ ਅਤੇ ਬੇਸ਼ੁਮਾਰ ਅੱਗ ਨਿਕਲ ਰਹੀ ਹੈ ਇੱਕ ਬਿਜਲੀ ਦੇ ਸਮਾਨ ਦੇ ਗੋਦਾਮ 'ਚੋਂ, ਜਿੱਥੇ ਕਿਸੇ ਦੀਆਂ ਵਿਆਹ ਦੀਆਂ ਖੁਸ਼ੀਆਂ ਨੇ ਇਸ ਗੋਦਾਮ ਮਾਲਕ ਨੂੰ ਬਿਪਤਾ ਪਾ ਦਿੱਤੀ। ਜਿਸ ਦੇ ਹੋਏ ਨੁਕਸਾਨ ਦਾ ਵੀ ਕੋਈ ਅੰਦਾਜ਼ਾ ਨਹੀਂ, ਪਰ ਲੱਖਾਂ 'ਚ ਹੈ। ਤੁਸੀਂ ਮੌਕੇ 'ਤੇ ਦੇਖ ਸਕਦੇ ਹੋ ਕਿਵੇਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਅਸਲ 'ਚ ਭਾਣਾ ਇਹ ਵਾਪਰਿਆ ਕਿ ਪੈਲਸ 'ਚ ਕਿਸੇ ਦਾ ਵਿਆਹ ਦਾ ਪ੍ਰੋਗਰਾਮ ਸੀ ਅਤੇ ਬਰਾਤ ਨੱਚ ਰਹੀ ਸੀ। ਇੰਨੇ 'ਚ ਕਿਸੇ ਨੇ ਸੜਕ 'ਤੇ ਜਾ ਕੇ ਵੱਡੇ ਵੱਡੇ ਪਟਾਕੇ ਫੋੜ ਦਿੱਤੇ, ਜਿਨ੍ਹਾਂ 'ਚੋਂ ਇੱਕ ਪਟਾਕਾ ਇਸ ਗੋਦਾਮ 'ਚ ਵੜ ਗਿਆ ਅਤੇ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮੱਚਣ ਲੱਗੇ। ਇੱਥੇ ਮੈਂ ਬੈੱਡ 'ਤੇ ਸੁੱਤਾ ਪਿਆ ਸੀ ਅੰਦਰ, ਅਤੇ ਮੈਨੂੰ ਰੌਲਾ ਦੀ ਆਵਾਜ਼ ਆਈ ਹੌਲੇ ਹੌਲੋ ਹੌਲੋ ਕਰਦੇ ਕਰਦੇ ਉਹਨਾਂ ਦੀ, ਕਿ ਕੋਈ ਗੱਲ ਹੋ ਗਈ। ਅਤੇ ਬਾਅਦ 'ਚ ਦੇਖਿਆ ਪਟਾਕੇ ਚੱਲਦੇ ਪਏ ਬਾਹਰ। ਜਦੋਂ ਮੈਂ ਬਾਹਰ ਝਾਤੀ ਮਾਰੀ ਅਤੇ ਉੱਧਰਲੇ ਪਾਸੇ ਨੂੰ ਅੱਗ ਦੇ ਭੰਡਾਰ ਨਿਕਲ ਰਹੇ ਸੀ, ਅਤੇ ਅਸੀਂ ਸਾਰੇ ਲੋਕ ਇਕੱਠੇ ਕੀਤੇ ਅਤੇ ਫਟਾਫਟ ਦੌੜ ਕੇ ਉਹਨੂੰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅਤੇ ਜਿਹੜਾ ਮੀਟਰ ਸੀ ਬਿਜਲੀ ਦਾ, ਉਹਨੂੰ ਬੜੀ ਤੇਜ਼ ਅੱਗ ਲੱਗੀ ਹੋਈ ਸੀ, ਅਤੇ ਉਹਦੇ ਉੱਤੇ ਮਿੱਟੀ ਪਾ ਕੇ ਨਿਆਣਿਆਂ ਨੇ ਸਾਰਿਆਂ ਨੇ ਅਤੇ ਉਹਨੂੰ ਬੁਝਾਇਆ ਗਿਆ। ਫਿਰ ਫਾਇਰ ਬ੍ਰਿਗੇਡ ਆਈ, ਉਹਨਾਂ ਨੇ ਬੜੇ ਸੰਯੋਗ ਦੇ ਨਾਲ ਚੰਗੀ ਤਰ੍ਹਾਂ ਅੱਗ ਬੁਝਾਈ ਸਾਰੀ। ਸਾਨੂੰ ਗੁਆਂਢੀਆਂ ਨੇ ਦੱਸਿਆ ਇਹਨਾਂ ਨੇ ਕਿ ਤੁਹਾਡੇ ਉੱਥੇ ਅੱਗ ਲੱਗ ਗਈ ਹੈ। ਉੱਥੇ ਉਹ ਪਟਾਕੇ ਪਟੂਕੇ ਚਲਾ ਰਹੇ ਸੀ ਕੋਈ। ਬਿਜਲੀ ਦਾ ਸਮਾਨ ਹੁੰਦਾ ਸਰ, ਕਿੰਨਾ ਨੁਕਸਾਨ ਹੋ ਗਿਆ ਇਹ ਤੁਹਾਨੂੰ ਪਤਾ ਨਹੀਂ, ਅੰਦਰ ਧੂੰਆਂ ਆ ਗਿਆ ਨਜ਼ਰ ਨਹੀਂ ਆਉਂਦਾ। ਉੱਥੇ ਮੌਕੇ 'ਤੇ ਪਲਾਸਟਿਕ ਦੀਆਂ ਤਾਰਾਂ ਅਤੇ ਹੋਰ ਬਿਜਲੀ ਦੇ ਸਮਾਨ ਕਰਕੇ ਅੱਗ ਬਹੁਤ ਹੀ ਜ਼ਿਆਦਾ ਵੱਧ ਗਈ ਸੀ, ਜਿਸ 'ਤੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਕਾਬੂ ਪਾਇਆ। ਇਹ ਤਾਲੇ ਤੋੜ ਕੇ ਸ਼ਟਰ ਚੱਕ ਕੇ ਦੇਖਿਆ, ਅੰਦਰ ਬਹੁਤ ਵੱਡਾ ਗੋਦਾਮ ਆ, ਥੋੜ੍ਹੀ ਅੱਗ ਅੰਦਰ ਗਈ, ਬਾਕੀ ਬਚਾਅ ਕਰ ਲਿਆ ਸੀ। ਅੱਗ ਦਾ ਕਾਰਨ ਕੀ? ਅੱਗ ਦਾ ਹੁਣ ਲੋਕਾਂ ਨੂੰ ਪਤਾ ਹੋਊਗਾ ਜੀ, ਇਹ ਤਾਂ ਮੀਟਰ ਵੀ ਸੜਿਆ ਹੋਇਆ ਸੀ, ਹੁਣ ਲੋਕ ਦੱਸਣਗੇ ਜੀ ਕਿੱਦਾਂ ਲੱਗੇ। ਪਤਾ ਨਹੀਂ, ਲੋਕ ਦੱਸ ਰਹੇ ਵੀ ਕੋਈ ਪਟਾਕੇ ਕੋਈ ਚਲਾਏ ਕਿਸੇ ਨੇ ਇੱਥੇ, ਬਰਾਤ ਜਾ ਰਹੀ ਸੀ। ਬੇਸਿਕਲੀ ਬਰਾਤ ਕਹਿੰਦੇ ਕੋਈ ਬਰਾਤ ਜਾ ਰਹੀ ਸੀ, ਉਹ ਪਟਾਕੇ ਚਲਾ ਰਹੇ ਸੀ, ਉਹਦੇ ਨਾਲ ਬਾਹਰ ਇੱਥੇ ਕੋਈ ਮਟੀਰੀਅਲ ਜਲਣ ਵਾਲਾ ਪਿਆ ਸੀ, ਉਹਨੂੰ ਅੱਗ ਲੱਗ ਗਈ। ਅੱਗ ਕਾਫੀ ਅੰਦਰ ਤੱਕ ਚਲੀ ਗਈ ਸੀ, ਚਲੋ ਬਚਾ ਕਰ ਲਈ, ਨਹੀਂ ਜਾਨੀ ਨੁਕਸਾਨ ਨਹੀਂ। ਸੋ ਕਿਸੇ ਦੀਆਂ ਖੁਸ਼ੀਆਂ, ਕਿਸੇ ਦੀ ਅਣਗਹਿਲੀ ਅਤੇ ਕਿਸੇ ਲਈ ਵਿਪਤਾ ਖੜੀ ਹੋ ਗਈ, ਦੇਖਦੀ ਦੇਖਦੀ ਲੱਖਾਂ ਦਾ ਨੁਕਸਾਨ ਹੋ ਗਿਆ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨ ਦਾ ਤਜਰਬਾ ਹੈ। ਸ਼ਾਪੀ ਬੈਠਾ ਤੇਰਾ ਨਾਮ ਟਿਆਰੇ।